ਨਾ ਮਿਹਨਤ ਤੋਂ ਕੋਈ ਵੀ ਕੰਮ ਨਹੀਂ ਸਿਰੇ ਚੜ੍ਹਦਾ। ਜੇ ਅਸੀਂ ਆਪਣੇ ਕਰਮਾਂ ਨੂੰ ਦੋਸ਼ ਦੇਣ ਲੱਗ ਜਾਂਦੇ ਤਾਂ ਸ਼ਾਇਦ ਇੱਥੇ ਤੱਕ ਨਾ ਪਹੁੰਚਦੇ। ਸਾਡੇ ਨਾਲ ਕੰਮ ਕਰਦੇ ਸੀ ਤਾਂ ਅਸੀਂ ਕਦੇ ਸੋਚਿਆ ਨਹੀਂ ਸੀਗਾ ਕਿ ਭਗਵੰਤ ਬਾਈ CM ਹੋਣਗੇ। ਤੁਸੀਂ ਦੇਖੋ ਜੇ ਉਹਨਾਂ ਨੇ ਮਿਹਨਤ ਕੀਤੀ, ਉਹਨਾਂ ਦੀ ਸੋਚ ਸੀਗੀ ਉੱਥੇ ਤੱਕ ਜਾਣ ਦੀ, ਤਾਂ ਉੱਥੇ ਤੱਕ ਪਹੁੰਚੇ, ਅੱਜ ਉਹ ਸਭ ਦੇ ਚਹੇਤੇ ਬਣ ਚੁੱਕੇ ਨੇ। ਤੁਸੀਂ ਦੇਖ ਰਹੇ ਡੇਲੀ ਪੋਸਟ ਪੰਜਾਬੀ। ਬਲੈਕਿਆ 2 ਮੂਵੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ, ਤਾਂ ਸਾਡੇ ਨਾਲ ਬਲੈਕਿਆ 2 ਦੇ ਹੀਰੋ ਜਿਹੜੇ ਐਕਸ਼ਨ ਸਟਾਰ, ਜਿਹਨਾਂ ਨੂੰ ਅੱਜ ਜਿਹੜਾ ਇੱਕ ਵੱਡਾ ਖਿਤਾਬ ਪ੍ਰੋਡਿਊਸਰ ਦੇ ਵੱਲੋਂ ਦਿੱਤਾ ਗਿਆ, ਦੇਵ ਕਰੋੜ ਭਾਅ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਭਾਅ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪ੍ਰੋਡਿਊਸਰ ਨੇ ਵੀ ਅੱਜ ਕਹਿ ਤਾ ਕਿ ਸਾਡਾ ਵਾਕਈ ਜਿਹੜਾ ਇਹ ਸਟਾਰ ਹੈਗਾ, ਐਕਸ਼ਨ ਸਟਾਰ ਹੈ। ਨਹੀਂ ਭਾਅ ਜੀ, ਇਹ ਟੈਗ ਲੋਕ ਦਿੰਦੇ ਆ, ਚਾਹੁਣ ਵਾਲੇ ਦਿੰਦੇ ਆ, ਪਿਆਰ ਕਰਨ ਵਾਲੇ ਦਿੰਦੇ ਆ। ਆਪਣੇ ਆਪ ਕਦੇ ਕੋਈ ਟੈਗ ਖੁਦ ਲਿਆ ਨਹੀਂ ਜਾਂਦਾ, ਇਹ ਆਪਣੇ ਵੱਲੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਤੁਹਾਨੂੰ ਚਾਹੁਣ ਵਾਲੇ ਲੋਕ ਜਿੰਨਾ ਵੀ ਨਵਾਜਦੇ ਆ, ਜਿਹੜੇ ਇਹਨਾਂ ਨਾਲੋਂ ਸਿਰ ਮੱਥੇ ਬਈ, ਛੋਟੇ ਛੋਟੇ ਪਿੰਡਾਂ 'ਚ ਉੱਠ ਕੇ ਉਹ ਮਿਹਨਤਾਂ ਕਰਕੇ ਛੋਟੇ ਪਰਿਵਾਰਾਂ ਤੋਂ ਆਪਦੇ ਆਪ ਨੂੰ ਇੱਥੋਂ ਤੱਕ ਲੈ ਕੇ ਆਉਣਾ ਹੀ ਇੱਕ ਬਹੁਤ ਵੱਡਾ ਜਿਹੜਾ ਉਹ ਹੁੰਦਾ ਕਿ ਇੱਕ ਪਿੱਛੇ ਬਹੁਤ ਮਿਹਨਤ ਹੁੰਦੀ ਹੈ। ਬਿਲਕੁਲ ਭਾਅ ਜੀ, ਬਿਨਾਂ ਮਿਹਨਤ ਤੋਂ ਕੋਈ ਵੀ ਕੰਮ ਨਹੀਂ ਸਿਰੇ ਚੜ੍ਹਦਾ। ਹੁਣ ਸਾਰੇ ਬੰਦੇ ਮਿਹਨਤ ਕਰਦੇ ਆ, ਤੁਸੀਂ ਵੀ ਇੱਥੇ ਪੱਤਰਕਾਰ ਆਉਣ ਤੱਕ, ਅੱਜ ਡੇਲੀ ਪੋਸਟ ਦਾ ਪੱਤਰਕਾਰ ਬਣਨ ਤੱਕ, ਤਾਂ ਤੁਸੀਂ ਵੀ ਮਿਹਨਤ ਕੀਤੀ ਹੋਊਗੀ। ਹਰ ਬੰਦਾ ਮਿਹਨਤ ਕਰਕੇ ਹੀ ਅੱਗੇ ਵੱਧਦਾ, ਔਰ ਸਟਰਗਲ ਚੱਲਦੀ ਰਹਿਣੀ ਚਾਹੀਦੀ ਹੈ ਲਾਈਫ 'ਚ। ਹੁਣ ਸਟਰਗਲ ਚੱਲਦੀ ਹੈ ਚੰਗੀਆਂ ਕਹਾਣੀਆਂ ਦੀ, ਆਪਣੇ ਆਪ ਨੂੰ ਪੋਲਿਸ਼ ਕਰਨ ਦੀ। ਆਲਵੇਜ਼ ਲਾਈਫ ਦੇ ਨਾਲ ਸਟਰਗਲ ਹੈ ਜਿਹੜੀ ਉਹ ਜੁੜੀ ਹੋਈ, ਜੇ ਬੰਦਾ ਖੜ੍ਹ ਜੇ ਸਟਰਗਲ ਕਰਨੀ ਛੱਡ ਦੇ, ਤਾਂ ਮੈਨੂੰ ਫਿਰ ਲੱਗਦਾ ਕਿ ਉਹ ਬੰਦੇ ਦਾ ਜਾਂ ਤਾਂ ਜ਼ਿੰਦਗੀ ਤੋਂ ਮਨ ਭਰ ਗਿਆ, ਜਾਂ ਉਹਦੀਆਂ ਇੱਛਾਵਾਂ ਮਰ ਚੁੱਕੀਆਂ ਨੇ। ਜਿਵੇਂ ਕਈ ਮੁੰਡੇ ਹੁੰਦੇ, ਆਪਣੇ ਪੰਜਾਬ ਦੀ ਗੱਲ ਕਰੀਏ, ਕਹਿੰਦੇ ਨੇ ਕਿ ਕੁਛ ਨਹੀਂ ਹੈਗਾ, ਮਾਪੇ ਪੈਸਾ ਨਹੀਂ ਭਰ ਸਕਦੇ ਆਪਦੇ ਆਪ ਨੂੰ, ਕਹਿ ਦਿੰਦੇ ਅਸੀਂ ਤਾਂ ਸਾਡੇ ਤਾਂ ਜਿਹੜੇ ਕਰਮ ਉਹ ਹੀ ਨਿਕੰਮੇ ਹੈਗੇ ਨੇ, ਕਰਮ ਆਪ ਬਣਾਉਣੇ ਪੈਂਦੇ ਆ। ਕਰਮ ਕਦੇ ਪਰਮਾਤਮਾ ਕਿਸੇ ਦੇ ਨਿਕੰਮੇ ਨਹੀਂ ਕਰਦਾ। ਕੋਸ਼ਿਸ਼ਾਂ ਦੇ ਵਿੱਚ ਰਹੋ, ਅਸੀਂ ਵੀ ਫੇਲ ਹੋ ਕੇ ਪਾਸ ਹੋਏ ਹਾਂ। ਜੇ ਅਸੀਂ ਆਪਣੇ ਕਰਮਾਂ ਨੂੰ ਦੋਸ਼ ਦੇਣ ਲੱਗ ਜਾਂਦੇ ਤਾਂ ਸ਼ਾਇਦ ਇੱਥੇ ਤੱਕ ਨਾ ਪਹੁੰਚਦੇ। ਆਲਵੇਜ਼ ਚੰਗੀਆਂ ਚੀਜ਼ਾਂ ਪੋਜ਼ਿਟਿਵ ਸੋਚੋ, ਜਿਹੜੇ ਲੋਕ ਤੁਹਾਨੂੰ ਮੋਟੀਵੇਟ ਕਰਦੇ ਆ। ਦਰਜਨਾਂ ਲੋਕ, ਦਰਜਨਾਂ ਕੀ ਹਜ਼ਾਰਾਂ ਕਰੋੜਾਂ ਲੱਖਾਂ ਲੋਕ ਇਹੋ ਜਿਹੇ ਨੇ ਜਿਹੜੇ ਬਿਲਕੁਲ ਥੱਲੋਂ ਜਮ੍ਹਾਂ ਡਿੱਗ ਕੇ ਮਰ ਕੇ ਫਿਰ ਦੁਬਾਰਾ ਉੱਠੇ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਵੱਡਾ ਬਣਾਇਆ। ਸੋ ਕਿੰਨੇ ਲੋਕ ਤੁਹਾਨੂੰ ਇੰਸਪਾਇਰਡ ਕਰਦੇ ਆ, ਕਿੰਨੀਆਂ ਕਹਾਣੀਆਂ, ਕਿੰਨੇ ਸਪੋਰਟਸਮੈਨ ਪਏ ਹੋਣਗੇ, ਕਿੰਨੇ ਡਾਕਟਰ, ਕਿੰਨੇ ਸਾਇੰਟਿਸਟ ਇਹੋ ਜਿਹੇ ਪਏ ਹੋਣਗੇ ਜਿਹੜੇ ਲੋਕ ਤੁਹਾਨੂੰ ਮੋਟੀਵੇਟ ਕਰਦੇ ਆ, ਤਾਂ ਉਹਨਾਂ ਲੋਕਾਂ ਨੂੰ ਦੇਖਣਾ ਚਾਹੀਦਾ, ਉਹਨਾਂ ਦੀਆਂ, ਉਹਨਾਂ ਦੇ ਉੱਤੇ ਬੁੱਕਸ ਲਿਖੀਆਂ ਹੋਈਆਂ ਨੇ, ਉਹ ਪੜ੍ਹਨੀਆਂ ਚਾਹੀਦੀਆਂ ਨੇ। ਸੋ ਕਦੇ ਵੀ ਆਪਣੇ ਮੁਕੱਦਰਾਂ ਨੂੰ ਦੋਸ਼ ਦੇ ਕੇ ਆਪਣੇ ਆਪ ਨੂੰ ਪਿੱਛੇ ਵੱਲ ਨਾ ਲੈ ਕੇ ਜਾਓ। ਤੁਹਾਡੇ ਤਾਂ, ਤੁਹਾਡੇ ਮੋਟੀਵੇਸ਼ਨ ਸਭ ਤੋਂ ਵੱਡਾ CM ਭਗਵੰਤ ਮਾਨ, ਤੁਹਾਡੀ ਹਮੇਸ਼ਾ ਸਿਫਤ ਕਰਦੇ ਨੇ ਕਿ ਉਹ ਇੱਕ ਵਾਰ ਜਿਹੜਾ ਰਸਤਾ ਭਟ ਗਏ ਸੀ ਉਸ ਰਸਤੇ 'ਤੇ ਲਿਆਂਦਾ, ਅਤੇ ਉਸ ਤੋਂ ਬਾਅਦ ਹਮੇਸ਼ਾ ਇਹ ਕਹਿੰਦੇ ਨੇ ਕਿ ਬਹੁਤ ਹੀ ਮਿਹਨਤੀ ਮੁੰਡਾ ਜਿਸਨੇ ਅੱਜ ਉਹ ਅੱਜ CM ਨੇ, ਤੁਸੀਂ ਵੀ ਇੱਕ ਵੱਡੇ ਪਰਦੇ ਦੇ ਐਕਟਰ ਹੈਗੇ ਹੋ। ਹਾਂ ਵਧੀਆ ਜੀ, ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ। ਦੇਖੋ ਜਦੋਂ ਉਹ ਸਾਡੇ ਨਾਲ ਕੰਮ ਕਰਦੇ ਸੀ ਤਾਂ ਅਸੀਂ ਕਦੇ ਸੋਚਿਆ ਨਹੀਂ ਸੀਗਾ ਕਿ ਭਗਵੰਤ ਬਾਈ CM ਹੋਣਗੇ। ਤੁਸੀਂ ਦੇਖੋ ਜੇ ਉਹਨਾਂ ਨੇ ਮਿਹਨਤ ਕੀਤੀ, ਉਹਨਾਂ ਦੀ ਸੋਚ ਸੀਗੀ ਉੱਥੇ ਤੱਕ ਜਾਣ ਦੀ, ਤਾਂ ਉੱਥੇ ਤੱਕ ਪਹੁੰਚੇ, ਅੱਜ ਉਹ ਸਭ ਦੇ ਚਹੇਤੇ ਬਣ ਚੁੱਕੇ ਨੇ। ਸੋ ਹਰ ਕੰਮ ਮਿਹਨਤ ਨਾਲ ਹੀ। ਬਿਲਕੁਲ, ਆਖਰੀ ਸਵਾਲ ਮੇਰਾ, ਤੁਹਾਡੀ ਫਿਲਮਾਂ 'ਚ ਅਜਿਹਾ ਹੀ ਹੁੰਦਾ ਹਮੇਸ਼ਾ, ਪਹਿਲਾਂ ਤੁਸੀਂ ਜਿਵੇਂ ਐਂਡ 'ਤੇ ਮੈਸੇਜ ਦੇ ਕੇ ਜਾਂਦੇ ਹੋ ਕਿ ਜਿਹੜੇ ਮਾੜੇ ਕੰਮਾਂ ਦਾ ਮਾੜਾ ਨਤੀਜਾ ਹੁੰਦਾ, ਇਸ ਫਿਲਮ ਦੇ ਵਿੱਚ ਵੀ ਬਹੁਤ ਸੋਹਣਾ ਮੈਸੇਜ ਮਿਲਣਾ ਤੁਹਾਨੂੰ, ਬਹੁਤ ਵੱਡਾ ਮੈਸੇਜ ਦੇ ਕੇ ਆ ਰਹੇ ਹਾਂ, ਔਰ ਮੈਨੂੰ ਲੱਗਦਾ ਪਸੰਦ ਕਰੋਗੇ। ਇਹੀ ਕਹੂੰਗਾ ਜੀ, ਚੰਗਾ ਦੇਖੋ, ਚੰਗਾ ਖਾਓ, ਚੰਗਾ ਪੜ੍ਹੋ, ਪੜ੍ਹਨਾ ਬਹੁਤ ਜ਼ਰੂਰੀ ਆ, ਔਰ ਨਸ਼ਿਆਂ ਤੋਂ ਦੂਰ ਰਹੋ, ਔਰ ਜੇ ਕੋਈ ਨਸ਼ਾ ਲਾਉਣਾ ਤਾਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਨਸ਼ਾ ਲਾਓ, ਬਿਲਕੁਲ, ਔਰ ਵੱਡਾ ਨਾਮ ਕਰਨ ਦਾ ਨਸ਼ਾ ਬਣਾਓ, ਬਿਲਕੁਲ। ਥੈਂਕ ਯੂ। ਸੋ ਇਹ ਸੀ ਦੇਵ ਕਰੋੜ ਭਾਅ ਜੀ, ਜਿਨ੍ਹਾਂ ਦੀ ਬਲੈਕਿਆ 2 8 ਮਾਰਚ ਨੂੰ ਪੰਜਾਬ ਦੇ ਸਿਨੇਮੇ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ, ਤਾਂ ਜਿਸ ਦੇ ਵਿੱਚ ਕਮੇਡੀ ਵੀ ਹੈ, ਤਾਂ ਜਿਹੜੇ ਵੱਡੇ ਵੱਡੇ ਸਟੰਟ ਹੈਗੇ ਨੇ ਉਹ ਦੇਵ ਕਰੋੜ ਦੀ ਫਿਲਮਾਂ ਵਿੱਚ ਹੀ ਦਿਖਾਈ ਦਿੰਦੇ, ਕਿਉਂਕਿ ਦੇਵ ਕਰੋੜ ਹਮੇਸ਼ਾ ਆਪਣੇ ਆਪ ਨੂੰ ਇੱਕ ਅਲੱਗ ਕਿਰਦਾਰ ਦੇ ਵਿੱਚ ਹਮੇਸ਼ਾ ਦਿਖਾਉਂਦੇ ਨੇ। ਸੋ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ, ਕੈਮਰਾ ਪਰਸਨ ਰਮੇਸ਼ ਦੇ ਨਾਲ ਸੰਦੀਪ ਕਮੋਸ਼ ਮੋਹਾਲੀ ਤੋਂ।